ਸਤਿ ਸ਼੍ਰੀ ਅਕਾਲ ਸਟੂਡੈਂਟਸ, ਵੈਲਕਮ ਟੂ ਫਤਿਹ ਐਡੂਕੋਮ। ਪੰਜਾਬ ਕਰੰਟ ਅਫੇਅਰਸ ਦਾ ਇੱਕ ਪਾਰਟ ਮੈਂ ਪਹਿਲਾਂ ਹੀ ਜਿਹੜਾ ਇਹਦੇ ਵਿੱਚ ਵੀਡੀਓ 'ਚ ਅਪਡੇਟ ਕਰ ਚੁੱਕੀ ਹਾਂ। ਇਸ ਵੀਡੀਓ ਦੇ ਵਿੱਚ ਆਪਾਂ ਪੰਜਾਬ ਕਰੰਟ ਅਫੇਅਰਸ ਦਾ ਪਾਰਟ ਸੈਕਿੰਡ ਕਵਰ ਕਰਾਂਗੇ, ਜਿਹੜਾ ਅਕਤੂਬਰ ਤੋਂ ਲੈ ਕੇ ਹੁਣ ਤੱਕ ਦੇ ਜਿੰਨੇ ਵੀ ਪੰਜਾਬ ਦੇ ਕਰੰਟ ਅਫੇਅਰਸ ਨੇ। ਪਲੱਸ ਬਿਕੋਜ਼ ਇੰਨੀਆਂ ਜ਼ਿਆਦਾ ਨਿਊਜ਼ ਨਹੀਂ ਸੀ, ਸੋ ਮੈਨੂੰ ਪਤਾ ਚੱਲਿਆ ਕਿ ਕਾਫੀ ਬੱਚਿਆਂ ਦਾ ਇਗਜ਼ਾਮ ਵੀ LDC ਦਾ, ਠੀਕ ਹੈ, PSPCL ਵਗੈਰਾ ਦਾ, ਅਤੇ ਉਸ ਲਈ ਮੈਂ ਕੁਝ ਬਹੁਤ ਜ਼ਿਆਦਾ ਇੰਪੋਰਟੈਂਟ ਨੈਸ਼ਨਲ ਅਤੇ ਇੰਟਰਨੈਸ਼ਨਲ ਈਵੈਂਟਸ ਜਿਹੜੇ ਆ ਇਸ ਵੀਡੀਓ ਦੇ ਵਿੱਚ ਇੰਕਲੂਡ ਕੀਤੇ ਆ। ਸੋ ਆਈ ਹੋਪ ਕਿ ਤੁਹਾਨੂੰ ਇਹਦੇ ਵਿੱਚੋਂ ਬਹੁਤ ਸਾਰੇ ਕੁਐਸਚਨ ਜਿਹੜੇ ਆ ਉਹ ਪੇਪਰ ਦੇ ਵਿੱਚ ਮਿਲ ਜਾਣਗੇ। ਸੋ ਆਲ ਦੀ ਬੈਸਟ ਫਰੋਮ ਮਾਈ ਸਾਈਡ, ਅਤੇ ਚਲੋ ਸਟਾਰਟ ਕਰਦੇ ਹਾਂ ਕਰੰਟ ਅਫੇਅਰਸ ਦੇ ਨਾਲ। ਸੋ ਸਭ ਤੋਂ ਪਹਿਲੀ ਜਿਹੜੀ ਨਿਊਜ਼ ਹੈਗੀ ਹੈ ਕਿ ਪੰਜਾਬ ਜਿਹੜਾ ਆ ਇਮਿਊਨਾਈਜੇਸ਼ਨ ਕਵਰੇਜ ਦੇ ਵਿੱਚ ਬੱਚਿਆਂ ਦਾ, ਮਤਲਬ ਜੋ ਟੀਕਾਕਰਨ ਵਗੈਰਾ ਹੁੰਦਾ ਆ ਉਹਦੇ ਵਿੱਚ ਵਨ ਆਫ ਦਾ ਲੀਡਿੰਗ ਸਟੇਟਸ ਬਣ ਗਿਆ ਆ ਵਿਦ 89.1% ਕਵਰੇਜ ਐਜ਼ ਪਰ ਨੈਸ਼ਨਲ ਫੈਮਿਲੀ ਹੈਲਥ ਸਰਵੇ, ਜਿਹੜਾ ਫੋਰਥ ਨੈਸ਼ਨਲ ਫੈਮਿਲੀ ਹੈਲਥ ਸਰਵੇ ਹੋਇਆ ਉਹਦੇ ਅਕੋਰਡਿੰਗਲੀ, ਔਰ ਹੈਲਥ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਦੇ ਹਿਸਾਬ ਦੇ ਨਾਲ 95% ਜਿਹੜਾ ਕਵਰੇਜ ਕਰ ਚੁੱਕਾ ਹੈ। ਸੈਕਿੰਡਲੀ, ਜਿਹੜਾ ਰੀਸੈਂਟਲੀ ਆਪਣਾ ਤੁਹਾਨੂੰ ਪਤਾ ਹੀ ਹੈ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ 550 ਸਾਲਾਂ ਦਾ, ਸੋ ਇਹਦੇ ਇਹਨੂੰ ਡੈਡੀਕੇਟ ਕਰਦਿਆਂ ਹੋਇਆ ਇੱਕ ਯੂਨੀਵਰਸਿਟੀ, ਓਪਨ ਯੂਨੀਵਰਸਿਟੀ ਜਿਹੜੀ ਹੈ ਪੰਜਾਬ ਦੇ ਵਿੱਚ ਆਪਣਾ ਪੰਜਾਬ ਗੌਰਮੈਂਟ ਦੁਆਰਾ ਓਪਨ ਕੀਤੀ ਗਈ ਹੈ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਔਰ ਇਹ ਕਿੱਥੇ ਕੀਤੀ ਗਈ ਹੈ, ਪਟਿਆਲਾ ਦੇ ਵਿੱਚ ਕੀਤੀ ਗਈ ਹੈ, ਠੀਕ ਹੈ। ਦੈਨ ਉਸ ਤੋਂ ਬਾਅਦ ਨੈਕਸਟ ਇਜ਼ ਰੈਵਨਿਊ ਜਨਰੇਸ਼ਨ ਵਾਸਤੇ, ਐਂਡ ਦੂਸਰਾ ਇਨਵਾਇਰਮੈਂਟਲ ਪੋਲਿਊਸ਼ਨ ਨੂੰ ਘਟਾਉਣ ਵਾਸਤੇ ਪੰਜਾਬ ਸਟੇਟ ਨੇ ਇੰਡਸਟਰੀਜ਼ ਨੂੰ ਐਨਕਰੇਜ ਕਰਨ ਵਾਸਤੇ ਕਿ ਉਹ ਵੱਧ ਤੋਂ ਵੱਧ ਨੈਚੁਰਲ ਗੈਸ ਯੂਜ਼ ਕਰਨ, ਉਹਦੇ ਵਾਸਤੇ ਨੈਚੁਰਲ ਗੈਸ ਦੇ ਉੱਤੇ ਜਿਹੜਾ ਵੈਟ ਹੈ ਉਹਨੂੰ 14.3% ਤੋਂ ਘਟਾ ਕੇ 3% ਕਰ ਦਿੱਤਾ ਆ, ਠੀਕ ਹੈ। ਸੋ ਇਹ ਵੀ ਇੰਪੋਰਟੈਂਟ ਹੈ। ਦੈਨ ਉਸ ਤੋਂ ਬਾਅਦ ਇੱਕ ਮੋਸਟ ਇੰਪੋਰਟੈਂਟ ਚੀਜ਼, ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ ਜਿਹੜੀ ਹੈ ਹੁਣੇ ਹੀ ਕੰਕਲੂਡ ਹੋਈ ਹੈ। 2019 ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ ਜਿਹੜੀ ਹੈ ਕੰਕਲੂਡ ਹੋਈ ਹੈ ਮੋਹਾਲੀ ਦੇ ਵਿੱਚ, ਔਰ ਇਹਦੇ ਵਿੱਚ ਕਾਫੀ ਡਿਫਰੈਂਟ ਫੋਰਨ ਡੈਲੀਗੇਟਸ ਜਿਵੇਂ ਜਪਾਨ ਤੋਂ, UAE ਤੋਂ, ਉਹਨਾਂ ਲੋਕਾਂ ਨੇ ਇਹਦੇ ਵਿੱਚ ਪਾਰਟੀਸੀਪੇਟ ਕੀਤਾ ਆ, ਠੀਕ ਹੈ, ਤਾਂ ਕਿ ਪੰਜਾਬ ਦੇ ਵਿੱਚ ਜਿਹੜੀਆਂ ਇਨਵੈਸਟਮੈਂਟ ਅਪੋਰਚੁਨਿਟੀਜ਼ ਨੇ ਉਹ ਵਧਣ, ਫੋਰਨ ਇਨਵੈਸਟਮੈਂਟ ਜਿਹੜੀ ਆ ਆਏ। ਦੈਨ ਉਸ ਤੋਂ ਬਾਅਦ ਨੈਕਸਟ ਇੱਕ ਹੋਰ ਗੁਰੂ ਨਾਨਕ ਦੇਵ ਜੀ ਨੂੰ ਹੀ ਡੈਡੀਕੇਟਿਡ ਇੱਕ ਹੋਰ ਗੌਰਮੈਂਟ ਕਾਲਜ ਜਿਹੜਾ ਆ ਕਪੂਰਥਲਾ ਦੇ ਵਿੱਚ ਇਸਟੈਬਲਿਸ਼ ਕੀਤਾ ਜਾ ਰਿਹਾ ਆ, ਔਰ ਉਹ ਵੀ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ ਹੀ ਇਸਟੈਬਲਿਸ਼ ਕੀਤਾ ਜਾਏਗਾ। ਦੈਨ ਉਸ ਤੋਂ ਬਾਅਦ ਪੰਜਾਬ ਗੌਰਮੈਂਟ ਨੇ MOU ਸਾਈਨ ਕੀਤਾ ਆ, ਇੱਕ ਲੋਸ ਐਂਜਲਿਸ ਬੇਸ ਕੰਪਨੀ ਹੈ, ਠੀਕ ਹੈ, ਵਰਜਿਨ ਹਾਈਪਰਲੂਪ 1, ਉਹਦੇ ਨਾਲ ਹਾਈਪਰਲੂਪ ਟਰਾਂਸਪੋਰਟ ਇਨਫਰਾਸਟ੍ਰਕਚਰ ਵਾਸਤੇ, ਔਰ ਇਹ ਹਾਈਪਰਲੂਪ ਟਰਾਂਸਪੋਰਟ ਇਨਫਰਾਸਟ੍ਰਕਚਰ ਪ੍ਰੋਜੈਕਟ ਜਿਹੜਾ ਆ ਇਹ ਡਿਵੈਲਪ ਕੀਤਾ ਜਾਏਗਾ ਅੰਮ੍ਰਿਤਸਰ ਲੁਧਿਆਣਾ ਚੰਡੀਗੜ੍ਹ NCR ਕੋਰੀਡੋਰ ਲਈ, ਠੀਕ ਹੈ। ਦੈਨ ਉਸ ਤੋਂ ਬਾਅਦ ਇੱਕ ਪੰਜਾਬ ਵਾਟਰ ਰੈਗੂਲੇਸ਼ਨ ਡਿਵੈਲਪਮੈਂਟ ਅਥਾਰਿਟੀ ਜਿਹੜੀ ਹੈ, ਜਿਹੜਾ ਗਰਾਊਂਡ ਵਾਟਰ ਡਿਪਲੀਟ ਹੋ ਰਿਹਾ ਪੰਜਾਬ ਦੇ ਵਿੱਚ, ਉਸ ਨੂੰ ਕਾਊਂਟਰ ਚੈੱਕ ਕਰਨ ਵਾਸਤੇ ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਿਟੀ ਜਿਹੜੀ ਹੈ ਉਹਦੀ ਕ੍ਰੀਏਸ਼ਨ ਜਿਹੜੀ ਹੈ ਉਹਦੀ ਅਪਰੂਵਲ ਦੇ ਦਿੱਤੀ ਗਈ ਹੈ ਕੈਬਨਿਟ ਵੱਲੋਂ। ਦੈਨ ਉਸ ਤੋਂ ਬਾਅਦ ਇਹ ਇੱਕ ਅਪੁਆਇੰਟਮੈਂਟ ਹੈ ਜੋ ਇੰਪੋਰਟੈਂਟ ਤੁਸੀਂ ਮੰਨ ਸਕਦੇ ਹੋ ਇਹਨੂੰ, ਵਿਜੇ ਕੁਮਾਰ ਚੋਪੜਾ ਜਿਹੜੇ ਕਿ ਚੀਫ ਐਡੀਟਰ ਰਹੇ ਨੇ ਪੰਜਾਬ ਕੇਸਰੀ ਗਰੁੱਪ ਨਿਊਜ਼ ਪੇਪਰ ਦੇ, ਉਹਨਾਂ ਨੂੰ ਪ੍ਰੈਸ ਟਰੱਸਟ ਆਫ ਇੰਡੀਆ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਜਿਹੜੀ ਕਿ ਕੰਟਰੀ ਦੀ ਪ੍ਰੀਮੀਅਰ ਨਿਊਜ਼ ਏਜੰਸੀ ਹੈ। ਪ੍ਰੈਸ ਟਰੱਸਟ ਆਫ ਇੰਡੀਆ ਦਾ ਚੇਅਰਮੈਨ ਵਿਜੇ ਕੁਮਾਰ ਚੋਪੜਾ। ਦੈਨ ਉਸ ਤੋਂ ਬਾਅਦ ਨੈਕਸਟ ਨਿਊਜ਼ ਇਜ਼ ਫਾਰਮਰ ਕੈਬਨਿਟ ਸੈਕਟਰੀ ਪ੍ਰਦੀਪ ਕੁਮਾਰ ਸਿਨਹਾ, PK ਸਿਨਹਾ ਦਾ ਤੁਸੀਂ ਨਾਮ ਸੁਣਿਆ ਹੀ ਹੋਏਗਾ, ਪਹਿਲਾਂ ਕੈਬਨਿਟ ਸੈਕਟਰੀ ਰਹੇ ਆ, ਇਹਨਾਂ ਨੂੰ ਪ੍ਰਿੰਸੀਪਲ ਐਡਵਾਈਜ਼ਰ ਜਿਹੜਾ ਆ ਨਿਯੁਕਤ ਕੀਤਾ ਗਿਆ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ, ਠੀਕ ਹੈ, ਪ੍ਰਿੰਸੀਪਲ ਐਡਵਾਈਜ਼ਰ। ਨੈਕਸਟ ਇਜ਼, ਇਹ ਵੀ ਬਹੁਤ ਇੰਪੋਰਟੈਂਟ ਨਿਊਜ਼ ਹੈ, ਕਰੰਟ ਅਫੇਅਰ ਹੈ, ਅੰਜਲੀ ਸਿੰਘ ਜਿਹੜੇ ਕਿ ਵਿੰਗ ਕਮਾਂਡਰ ਹੈ ਇਹ ਫਸਟ ਫੀਮੇਲ ਮਿਲਟਰੀ ਡਿਪਲੋਮੈਟ ਹੋਣਗੇ ਜਿਨ੍ਹਾਂ ਨੂੰ ਕਿ ਕਿਸੇ ਵੀ ਇੰਡੀਅਨ ਦੇ ਜਿਹੜੇ ਫੋਰਨ ਮਿਸ਼ਨ ਦੇ ਉੱਤੇ ਪੋਸਟ ਕੀਤਾ ਗਿਆ, ਯਾਨੀ ਕਿ ਇਹਨਾਂ ਨੂੰ ਰਸ਼ੀਆ ਦੀ ਜਿਹੜੀ ਐਮਬੈਸੀ ਹੈ ਇਹਨਾਂ ਨੇ ਜੁਆਇਨ ਕੀਤੀ ਹੈ ਹੁਣੇ। ਸੋ ਇਹ ਫਸਟ ਫੀਮੇਲ ਮਿਲਟਰੀ ਡਿਪਲੋਮੈਟ ਨੇ ਟੂ ਬੀ ਪੋਸਟਡ ਇਨ ਐਨੀ ਆਫ ਦੀ ਇੰਡੀਅਨ ਮਿਸ਼ਨਸ ਅਬਰੋਡ, ਅੰਜਲੀ ਸਿੰਘ। ਦੈਨ ਉਸ ਤੋਂ ਬਾਅਦ CBDT ਨੇ ਇੱਕ ਨਵਾਂ ਸੈਂਟਰ, ਇਲੈਕਟ੍ਰੋਨਿਕ ਅਸੈਸਮੈਂਟ ਸੈਂਟਰ ਜਿਹੜਾ, ਨੈਸ਼ਨਲ ਈ ਅਸੈਸਮੈਂਟ ਸੈਂਟਰ ਜਿਹੜਾ ਇਸਟੈਬਲਿਸ਼ ਕੀਤਾ ਦਿੱਲੀ ਦੇ ਵਿੱਚ, ਔਰ ਇਹਦੇ ਚੇਅਰਮੈਨ ਹੋਣਗੇ ਜਾਂ ਇਹਨਾਂ ਦੇ ਪ੍ਰਿੰਸੀਪਲ ਚੀਫ ਕਮਿਸ਼ਨਰ ਜਿਹਨੂੰ ਆਪਾਂ ਕਹਿੰਦੇ ਹਾਂ ਇਹਨਾਂ ਦੀ ਲੈਂਗੁਏਜ ਦੇ ਵਿੱਚ, ਉਹ ਹੋਣਗੇ ਕ੍ਰਿਸ਼ਨ ਮੋਹਨ ਪ੍ਰਸਾਦ, ਠੀਕ ਹੈ, ਨਿਊਜ਼ ਇੰਪੋਰਟੈਂਟ ਹੈ, ਕ੍ਰਿਸ਼ਨ ਮੋਹਨ ਪ੍ਰਸਾਦ।
ਦੈਨ ਉਸ ਤੋਂ ਬਾਅਦ ਬਹੁਤ ਬਹੁਤ ਇੰਪੋਰਟੈਂਟ ਨਿਊਜ਼ ਹੈ IMF। ਤੁਹਾਨੂੰ ਪਤਾ ਜਿੰਨੀਆਂ ਵੀ ਇਕਨੋਮਿਕ ਔਰਗਨਾਈਜੇਸ਼ਨਸ ਨੇ, ਚਾਹੇ ਉਹ IMF ਹੈ, ਚਾਹੇ ਵਰਲਡ ਬੈਂਕ ਹੈ ਨਾ, ਇਹਨਾਂ ਸਾਰਿਆਂ ਦੇ ਹੈੱਡਕੁਆਟਰਸ, ਇਹਨਾਂ ਸਾਰਿਆਂ ਦੇ ਪ੍ਰੈਜ਼ੀਡੈਂਟ ਵਗੈਰਾ, ਠੀਕ ਹੈ। ਸੋ ਇਹ ਬਹੁਤ ਇੰਪੋਰਟੈਂਟ ਰਹਿੰਦੀਆਂ ਨੇ ਨਿਊਜ਼, ਔਰ ਜਦੋਂ ਹੀ ਇਹਦੇ ਵਿੱਚ ਕੁਛ ਵੀ ਚੇਂਜਸ ਆਉਂਦੀਆਂ ਤਾਂ ਉਹ ਪੇਪਰ ਦੇ ਵਿੱਚ ਆਉਂਦਾ ਹੀ ਆਉਂਦਾ, ਪੁੱਛਦੇ ਹੀ ਪੁੱਛਦੇ ਹੈ। ਸੋ ਰੀਸੈਂਟਲੀ IMF ਦਾ MD ਜਿਹੜੇ ਅਪੁਆਇੰਟ ਕੀਤੇ ਗਏ, ਕ੍ਰਿਸਟੈਲੀਨਾ ਜੋਰਜੀਵਾ, ਪਹਿਲਾਂ ਸੀਗੇ ਕ੍ਰਿਸਟਿਨ ਲੇਗਾਰਡ, ਸੋ ਨਾਮ ਜਿਹੜਾ ਸਮਵਟ ਸਿਮਿਲਰ ਲੈ, ਠੀਕ ਹੈ। ਅਤੇ ਇਸ ਲਈ ਤੁਹਾਨੂੰ ਇਹ ਥੋੜ੍ਹਾ ਜਿਹਾ ਕਨਫਿਊਜ਼ਿੰਗ ਵੀ ਲੱਗੇਗਾ, ਬਟ ਇਹਨੂੰ ਯਾਦ ਰੱਖਣਾ, ਠੀਕ ਹੈ। ਇਹ ਬਲਗੇਰੀਆ ਦੇ ਇਕੋਨੋਮਿਸਟ ਰਹੇ ਹੈ। ਸੋ ਕ੍ਰਿਸਟੈਲੀਨਾ ਜੋਰਜੀਵਾ ਜਿਹੜੇ ਆ, ਇਹਨਾਂ ਨੂੰ ਅਪੁਆਇੰਟ ਕੀਤਾ ਗਿਆ ਐਜ਼ MD ਆਫ ਇੰਟਰਨੈਸ਼ਨਲ ਮੋਨੀਟਰੀ ਫੰਡ। ਦੈਨ ਉਸ ਤੋਂ ਬਾਅਦ ਏਅਰ ਮਾਰਸ਼ਲ RKS ਭਦੂਰੀਆ ਨੂੰ ਅਪੁਆਇੰਟ ਕੀਤਾ ਗਿਆ ਐਜ਼ ਅ ਚੀਫ ਆਫ ਏਅਰ ਸਟਾਫ, ਇਹ ਵੀ ਇੰਪੋਰਟੈਂਟ ਹੈ। ਦੈਨ ਉਸ ਤੋਂ ਬਾਅਦ ਮਹਾਰਾਸ਼ਟਰਾ ਦੇ ਵਿੱਚ ਤੁਹਾਨੂੰ ਪਤਾ ਆ ਕਿ ਕਿੰਨਾ ਹੰਗਾਮਾ ਹੋਇਆ, ਐਂਡ ਫਾਈਨਲੀ ਉਧਵ ਠਾਕਰੇ ਜਿਹੜੇ ਆ ਉਹਨਾਂ ਨੂੰ ਅਪੁਆਇੰਟ ਕੀਤਾ ਗਿਆ। ਉਧਵ ਠਾਕਰੇ ਨੇ ਕੋਈ ਇਲੈਕਸ਼ਨ ਨਹੀਂ ਲੜੀ, ਬਟ ਇਹ ਜਿਹੜੇ ਸੀਗੇ ਲੀਡਰ ਸੀਗੇ ਸ਼ਿਵ ਸੈਨਾ NCP ਕਾਂਗਰਸ ਅਲਾਇੰਸ ਦੇ, ਇਸ ਲਈ ਇਹਨਾਂ ਨੂੰ ਜਿਹੜਾ ਹੈ ਉੱਥੋਂ ਦਾ ਚੀਫ ਮਿਨਿਸਟਰ ਅਪੁਆਇੰਟ ਕੀਤਾ ਗਿਆ। ਔਰ ਮਹਾਰਾਸ਼ਟਰਾ ਦੇ ਕਰੰਟ ਗਵਰਨਰ ਨੇ ਭਗਤ ਸਿੰਘ ਕੋਸ਼ਿਆਰੀ, ਸੋ ਇਹ ਵੀ ਇੰਪੋਰਟੈਂਟ ਨਿਊਜ਼ ਹੈ, ਗਵਰਨਰ ਦਾ ਵੀ ਨਾਮ ਤੁਹਾਨੂੰ ਯਾਦ ਰੱਖਣਾ ਆ। ਸੋ ਹੀ ਇਜ਼ ਦਾ ਫਸਟ ਠਾਕਰੇ ਫੈਮਿਲੀ ਮੈਂਬਰ ਟੂ ਬਿਕਮ ਮਹਾਰਾਸ਼ਟਰਾ CM। ਦੈਨ ਉਸ ਤੋਂ ਬਾਅਦ ਅਗੇਨ ਬਹੁਤ ਇੰਪੋਰਟੈਂਟ ਅਪੁਆਇੰਟਮੈਂਟ ਹੈ, ਜਸਟਿਸ ਸ਼ਰਦ ਅਰਵਿੰਦ ਬੋਬਦੇ ਜਿਹੜੇ ਆ, ਇਹਨਾਂ ਨੇ ਚੀਫ ਜਸਟਿਸ ਆਫ ਇੰਡੀਆ ਇਹਨਾਂ ਨੂੰ ਅਪੁਆਇੰਟ ਕੀਤਾ ਗਿਆ, 47th ਚੀਫ ਜਸਟਿਸ ਆਫ ਇੰਡੀਆ। ਪਹਿਲਾਂ ਇਹਨਾਂ ਨੇ, ਪਹਿਲਾਂ ਕਿਹੜੇ ਸੀਗੇ, ਰੰਜਨ ਗੋਗਾਈ, ਠੀਕ ਹੈ, ਰੰਜਨ ਗੋਗਾਈ ਨੂੰ ਇਹਨਾਂ ਨੇ ਸਕਸੀਡ ਕੀਤਾ, ਸ਼ਰਦ ਅਰਵਿੰਦ ਬੋਬਦੇ ਜਾਂ SA ਬੋਬਦੇ ਵੀ ਕਹਿ ਸਕਦੇ ਹੋ। ਦੈਨ ਉਸ ਤੋਂ ਬਾਅਦ ਲੋਕਪਾਲ ਚੇਅਰਮੈਨ ਪਿਨਾਕੀ, ਪਹਿਲਾਂ ਤਾਂ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਲੋਕਪਾਲ ਦੇ ਕਰੰਟ ਚੇਅਰਮੈਨ ਕੌਣ ਨੇ, ਪਿਨਾਕੀ ਚੰਦਰ ਘੋਸ਼, ਇਹਨਾਂ ਦਾ ਵੀ ਨਾਮ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ। ਸੋ ਇਸ ਕਿਹਨੂੰ ਕਹਿੰਦੇ ਆ, ਐਂਟੀ ਕਰਪਸ਼ਨ ਬੋਡੀ ਵਾਸਤੇ ਇਹਨਾਂ ਨੇ ਇੱਕ ਲੋਗੋ ਜਿਹੜਾ ਆ ਉਹ ਲਾਂਚ ਕੀਤਾ ਆ, ਔਰ ਲੋਗੋ ਹੈਗਾ ਮਾਂ ਗ੍ਰਿਧਾ ਕਸਿਆ ਸੰਵਿਧਾਨਮ, ਠੀਕ ਹੈ। ਔਰ ਇਹਦਾ ਮਤਲਬ ਹੈਗਾ ਡੂ ਨੋਟ ਬੀ ਗਰੀਡੀ ਫੋਰ ਐਨੀ ਵਨਸ ਵੈਲਥ, ਕਿਸੇ ਦਾ ਪੈਸਾ ਵੇਖ ਕੇ ਲਾਲਚ ਨਹੀਂ ਕਰਨਾ। ਸੋ ਬਹੁਤ ਇੰਪੋਰਟੈਂਟ ਨਿਊਜ਼ ਹੈ। ਅਗੇਨ ਬਹੁਤ ਜ਼ਿਆਦਾ ਇੰਪੋਰਟੈਂਟ ਵੇਟੇਜ ਵਾਲੀਆਂ ਨਿਊਜ਼ ਜਿਹੜੀਆਂ ਮੈਂ ਇਹਦੇ ਵਿੱਚ ਇੰਕਲੂਡ ਕੀਤੀਆਂ, ਅਰਾਊਂਡ 50 to 52 ਨਿਊਜ਼ ਨੇ, ਠੀਕ ਹੈ। ਸੋ ਸਾਰੀਆਂ ਦੀਆਂ ਸਾਰੀਆਂ ਤੁਸੀਂ ਯਾਦ ਰੱਖਣੀਆਂ। ਦੈਨ ਉਸ ਤੋਂ ਬਾਅਦ ਜੰਮੂ ਕਸ਼ਮੀਰ ਗੌਰਮੈਂਟ ਨੇ ਇੱਕ 10-member ਕਮੇਟੀ ਅਪੁਆਇੰਟ ਕੀਤੀ ਹੈ ਟੂ ਡਿਕਲੇਅਰ ਸ਼੍ਰੀਨਗਰ ਫੇਮਸ ਦਲ ਲੇਕ, ਠੀਕ ਹੈ। ਦਲ ਲੇਕ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਏਗਾ, ਔਰ ਉਹਦੇ ਸਰਾਊਂਡਿੰਗ ਏਰੀਆਜ਼ ਨੂੰ ਈਕੋ ਸੈਂਸਿਟਿਵ ਜ਼ੋਨ ਡਿਕਲੇਅਰ ਕਰਨ ਲਈ। ਸੋ ਤੁਸੀਂ ਅਰਲ ਸੀ ਦਾ ਨਾਮ ਸੁਣਿਆ ਹੋਏਗਾ, ਹੈ ਨਾ, ਕਦੀ ਨੈੱਟ 'ਤੇ ਤੁਸੀਂ ਸਰਚ ਕਰਨਾ ਅਰਲ ਸੀ, ਕਿ ਕਿਵੇਂ ਉਹ ਹੌਲੀ 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 ਹੌਲੀ, ਮਤਲਬ ਇੰਨਾ ਸ਼੍ਰਿੰਕ ਹੋ ਗਿਆ ਕਿ ਉਹ ਮਤਲਬ ਲੈਂਡ ਦੇ ਵਿੱਚ ਹੀ ਮਰਜ ਕਰ ਗਿਆ ਬਿਲਕੁਲ। ਇਸੇ ਤਰ੍ਹਾਂ ਇਹ ਵੀ ਦਲ ਲੇਕ ਵੀ ਬਹੁਤ ਜ਼ਿਆਦਾ ਫਾਸਟ ਸਪੀਡ ਦੇ ਨਾਲ ਜਿਹੜੀ ਹੈ ਸ਼੍ਰਿੰਕ ਹੋ ਰਹੀ ਹੈ, ਔਰ ਮੰਨਿਆ ਜਾ ਰਿਹਾ ਕਿ 40% ਸ਼੍ਰੰਕ ਹੋ ਚੁੱਕੀ ਹੈ। ਸੋ ਇਸ ਲਈ ਇਹਨਾਂ ਨੇ ਮਤਲਬ ਇਹਨੂੰ ਈਕੋ ਸੈਂਸਿਟਿਵ ਜ਼ੋਨ ਡਿਕਲੇਅਰ ਕੀਤਾ। ਦੈਨ ਉਸ ਤੋਂ ਬਾਅਦ ਪੰਜਾਬ ਸਟੇਟ ਕੈਬਨਿਟ ਪਾਸਡ ਅ ਯੂਨੈਨੀਮਸ ਰੈਜ਼ੋਲਿਊਸ਼ਨ ਟੂ ਇੰਸਟੀਟਿਊਟ ਸ਼੍ਰੀ ਗੁਰੂ ਨਾਨਕ ਦੇਵ ਜੀ ਅਵਾਰਡ, ਠੀਕ ਹੈ। ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ ਇੱਕ ਅਵਾਰਡ ਇੰਸਟੀਟਿਊਟ ਕੀਤਾ ਫੋਰ ਪ੍ਰਮੋਸ਼ਨ ਆਫ ਪੀਸ ਐਂਡ ਇੰਟਰਫੇਥ ਅੰਡਰਸਟੈਂਡਿੰਗ। ਦੈਨ ਇੱਕ ਹੈਲਪਲਾਈਨ ਲਾਂਚ ਕੀਤੀ ਹੈ ਤੁਹਾਡੇ ਮੇਰੇ ਵਰਗੇ ਬੇਰੁਜ਼ਗਾਰਾਂ ਵਾਸਤੇ, 76260 76260। ਇਹਦੇ ਉੱਤੇ ਤੁਸੀਂ ਆਪਣਾ ਫੋਨ ਕਰਕੇ ਆਪਣੇ ਆਪਣੇ ਜੋ ਵੀ ਡਾਟਾ ਆ ਉਹਨੂੰ ਰਜਿਸਟਰ ਕਰਾ ਸਕਦੇ ਹੋ ਘਰ ਘਰ ਰੋਜ਼ਗਾਰ ਪ੍ਰੋਗਰਾਮ ਦੇ ਅੰਡਰ। ਦੈਨ ਉਸ ਤੋਂ ਬਾਅਦ ਜਨਰਲ ਬਿਪਿਨ ਰਾਵਤ ਜਿਹੜੇ ਹੈ ਫਸਟ ਚੀਫ ਆਫ ਡਿਫੈਂਸ ਸਟਾਫ ਹੋਣਗੇ, ਠੀਕ ਹੈ। ਬਹੁਤ ਇੰਪੋਰਟੈਂਟ ਨਿਊਜ਼ ਹੈ, ਐਂਡ ਹੀ ਵਿਲ ਐਂਡ ਹਿਜ ਟੈਨਿਊਰ ਐਜ਼ ਆਰਮੀ ਚੀਫ ਇਨ December 2019। ਇਸੇ ਦਸੰਬਰ ਦੇ ਵਿੱਚ ਇਹਨਾਂ ਦਾ ਟੈਨਿਊਰ ਖਤਮ ਵੀ ਹੋ ਜਾਏਗਾ। ਦੈਨ ਉਸ ਤੋਂ ਬਾਅਦ ਮਨੂ ਬਾਕਰ ਜਿਹੜੇ ਇਹਨਾਂ ਨੇ ਗੋਲਡ ਮੈਡਲ ਵਿਨ ਕੀਤਾ ਇਨ ਵੁਮੈਨਸ 10-meter ਏਅਰ ਪਿਸਟਲ ਈਵੈਂਟ ਐਂਡ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ 2019। ਦੈਨ ਉਸ ਤੋਂ ਬਾਅਦ ਇੰਡੀਆ ਜਿਹੜਾ 2023 ਦੇ ਵਿੱਚ ਜਿਹੜਾ ਮੈਨ ਹਾਕੀ ਵਰਲਡ ਕੱਪ ਹੋਏਗਾ ਉਹ ਹੋਸਟ ਕਰੇਗਾ। ਦੈਨ ਉਸ ਤੋਂ ਬਾਅਦ ਰੀਸੈਂਟਲੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਜਿਹੜੀ ਬ੍ਰਿਕਸ ਸਮਿਟ ਅਟੈਂਡ ਕੀਤੀ ਹੈ, ਔਰ ਇਹਦੇ ਵਿੱਚ ਇੰਪੋਰਟੈਂਟ ਯਾਦ ਰੱਖਣ ਲਈ ਕੀ ਹੈ ਕਿ ਬ੍ਰਿਕਸ ਸਮਿਟ ਰੀਸੈਂਟ ਜਿਹੜੀ ਬ੍ਰਿਕਸ ਸਮਿਟ ਹੋਈ ਹੈ ਉਹ ਬ੍ਰਾਜ਼ੀਲੀਆ ਦੇ ਵਿੱਚ ਹੋਈ ਹੈ, ਬ੍ਰਾਜ਼ੀਲ ਦੇ ਵਿੱਚ ਇੱਕ ਸਿਟੀ ਹੈ ਬ੍ਰਾਜ਼ੀਲੀਆ, ਉੱਥੇ ਹੋਈ ਹੈ। ਔਰ ਇਹਦਾ ਜੋ ਥੀਮ ਰਿਹਾ ਹੈ ਇਸ ਸਮਿਟ ਦਾ ਉਹ ਰਿਹਾ ਹੈ ਇਕਨੋਮਿਕ ਗਰੋਥ ਫੋਰ ਐਨ ਇਨੋਵੇਟਿਵ ਫਿਊਚਰ।
ਦੈਨ ਉਸ ਤੋਂ ਬਾਅਦ SCO ਦੀ ਜਿਹੜੀ 19th ਕੌਂਸਲ ਆਫ ਹੈਡਸ ਆਫ ਗਵਰਨਮੈਂਟ ਦੀ ਜਿਹੜੀ ਮੀਟਿੰਗ ਹੈ ਇਹ ਇੰਡੀਆ ਨੇ ਹੋਸਟ ਕਰਨੀ ਹੈ 2020 ਦੀ, ਸੋਰੀ, ਜਿਹੜੀ ਹੋਏਗੀ। ਸੋ ਲੇਟੈਸਟ ਮੀਟ ਜਿਹੜੀ ਹੈ ਤਾਸ਼ਕੈਂਤ ਦੇ ਵਿੱਚ ਹੋਈ ਹੈ 2019 ਦੀ। ਸੋ ਦੋਵੇਂ ਹੀ ਇੰਪੋਰਟੈਂਟ ਹੈ, ਮਤਲਬ ਹੋਸਟ ਕੰਟਰੀਜ਼, ਕਿ ਜਿਹੜੀ 2019 ਦੇ ਵਿੱਚ ਹੋਈ ਹੈ ਤਾਸ਼ਕੈਂਤ ਦੇ ਵਿੱਚ ਹੋਈ ਹੈ, ਜਿਹੜੀ ਉਜ਼ਬੇਕਿਸਤਾਨ ਦੀ ਕੈਪੀਟਲ ਹੈ ਤਾਸ਼ਕੈਂਤ, ਉੱਥੇ ਹੋਈ ਹੈ, ਔਰ 2020 ਦੇ ਵਿੱਚ ਜਿਹੜਾ ਇੰਡੀਆ ਇਹਨੂੰ ਹੋਸਟ ਕਰੇਗਾ। ਠੀਕ ਹੈ, SCO 2020 ਇੰਡੀਆ ਹੋਸਟ ਕਰੇਗਾ, 2019 ਤਾਸ਼ਕੈਂਤ ਦੇ ਵਿੱਚ ਹੋਈ ਹੈ। ਦੈਨ ਉਸ ਤੋਂ ਬਾਅਦ UN ਕਲਾਈਮੇਟ ਚੇਂਜ ਕਾਨਫਰੰਸ COP25 ਰੀਸੈਂਟਲੀ ਮੈਡਰਿਡ ਸਿਟੀ ਦੇ ਵਿੱਚ ਕੰਡਕਟ ਹੋਈ ਹੈ। ਠੀਕ ਹੈ, ਮੈਡਰਿਡ ਸਿਟੀ ਜਿਹੜੀ ਹੈ ਸਪੇਨ ਦੀ ਕੈਪੀਟਲ ਹੈ। ਦੈਨ ਉਸ ਤੋਂ ਬਾਅਦ ਸੁਡਾਨ ਕੰਟਰੀ ਦੀ ਜਿਹੜੀ ਫਸਟ ਐਵਰ ਸੈਟੇਲਾਈਟ ਜਿਹੜੀ ਹੈ ਉਹ ਲਾਂਚ ਕਰੇਗਾ ਚਾਈਨਾ। ਚਾਈਨਾ ਦੀ ਕੰਪਨੀ ਹੈ ਸ਼ਿਨਜ਼ਨ ਐਰੋਸਪੇਸ ਓਰੀਐਂਟਲ ਰੈੱਡ ਸੀ ਸੈਟੇਲਾਈਟ, ਇਹ ਲਾਂਚ ਕਰੇਗੀ ਸੁਡਾਨ ਦੀ ਫਸਟ ਐਵਰ ਸੈਟੇਲਾਈਟ। ਕਿਸ ਪਰਪਸ ਲਈ ਲਾਂਚ ਕੀਤੀ ਜਾ ਰਹੀ ਹੈ? ਫੋਰ ਮਿਲਟਰੀ ਇਕਨੋਮਿਕ ਐਂਡ ਸਪੇਸ ਟੈਕਨੋਲੋਜੀ ਵਾਸਤੇ। ਦੈਨ ਉਸ ਤੋਂ ਬਾਅਦ ਇੰਡੀਆ ਕ੍ਰਿਕਟ ਕੈਪਟਨ ਵਿਰਾਟ ਕੋਹਲੀ ਜਿਹੜੇ ਆ ਇਹਨਾਂ ਨੂੰ ਇੰਡੀਆ ਪਰਸਨ ਆਫ ਦਾ ਈਅਰ 2019 ਜਿਹੜਾ ਇਹਨਾਂ ਨੇ ਨਾਮ ਦਿੱਤਾ ਆ ਪੇਟਾ ਵੱਲੋਂ। ਠੀਕ ਹੈ, ਪੇਟਾ ਕੀ ਹੈ? ਪੀਪਲ ਫੋਰ ਐਥੀਕਲ ਟ੍ਰੀਟਮੈਂਟ ਆਫ ਐਨੀਮਲਸ, ਤੂੰ ਮਾਡਲ ਪੀਟੇ ਦੀ, ਹੈ ਨਾ, ਸ਼ੇਰੀ ਮਾਨ ਦਾ ਗਾਣਾ ਵੀ ਹੈਗਾ। ਸੋ ਦੈਨ ਉਸ ਤੋਂ ਬਾਅਦ ਨਾਸਾ ਨੇ ਆਪਣਾ ਫਸਟ ਆਲ ਇਲੈਕਟ੍ਰਿਕ ਐਕਸਪੈਰੀਮੈਂਟਲ ਏਅਰਕ੍ਰਾਫਟ ਜਿਹੜਾ ਲਾਂਚ ਕੀਤਾ ਹੈ, ਔਰ ਇਹਦਾ ਨਾਮ ਤੁਸੀਂ ਯਾਦ ਰੱਖਣਾ ਆ X-57 ਮੈਕਸਵੈਲ, ਆਲ ਇਲੈਕਟ੍ਰਿਕ ਐਕਸਪੈਰੀਮੈਂਟਲ ਏਅਰਕ੍ਰਾਫਟ। ਦੈਨ ਉਸ ਤੋਂ ਬਾਅਦ ਰੀਸੈਂਟਲੀ ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਇੰਡੀਆ ਦੀ ਜਿਹੜੀ ਫਿਸਕਲ ਈਅਰ 2019-20 ਦੀ ਗਰੋਥ ਹੈ ਕੱਟ ਡਾਊਨ ਕੀਤੀ ਹੈ। ਪਹਿਲਾਂ ਇਹਨਾਂ ਨੇ 7% ਐਕਸਪੈਕਟ ਕੀਤੀ ਸੀ, ਬਟ ਹੁਣ ਉਹਨੂੰ 6.5 ਕਰ ਦਿੱਤਾ ਹੈ। ADB ਦਾ ਹੈੱਡਕੁਆਰਟਰ ਕਿੱਥੇ ਹੈ? ਮਨੀਲਾ, ਫਿਲੀਪੀਨਸ ਦੇ ਵਿੱਚ ਹੈ, ਬਹੁਤ ਇੰਪੋਰਟੈਂਟ ਹੈ। ਔਰ ਇਹਦੇ ਪ੍ਰੈਜ਼ੀਡੈਂਟ, ਇਹਨਾਂ ਨੇ ਪਹਿਲਾਂ ਰਿਜ਼ਾਈਨ ਦਿੱਤਾ ਸੀ, ਹੁਣ ਫਿਰ ਇਹੀ ਪ੍ਰੈਜ਼ੀਡੈਂਟ ਨੇ, ਟੈਕੀਕੋ ਨਕਾਓ। ਸੋ ਇਹ ਵੀ ਬਹੁਤ ਇੰਪੋਰਟੈਂਟ ਨਿਊਜ਼ ਹੈ, ਇਹਨਾਂ ਦੇ ਪ੍ਰੈਜ਼ੀਡੈਂਟ ਦਾ ਨਾਮ ਯਾਦ ਰੱਖਣਾ ਤੁਸੀਂ। ਦੈਨ ਅਗੇਨ ਬਹੁਤ ਇੰਪੋਰਟੈਂਟ ਅਪੁਆਇੰਟਮੈਂਟ ਹੈ, ਤੁਹਾਨੂੰ ਪਤਾ ਜੰਮੂ ਕਸ਼ਮੀਰ ਆਰਟੀਕਲ 370 ਜਿਹੜਾ ਸਕ੍ਰੈਪ ਕੀਤਾ ਗਿਆ, ਸੋ ਉਹਦੇ ਤਹਿਤ ਉਸ ਤੋਂ ਬਾਅਦ ਜਿਹੜਾ LG ਅਪੁਆਇੰਟ ਕੀਤੇ ਗਏ ਨੇ ਉੱਥੇ ਵੀ, ਅਤੇ ਲੱਦਾਖ ਦੇ ਵਿੱਚ ਵੀ। ਲੱਦਾਖ ਦੇ ਜਿਹੜੇ ਆਪਣਾ LG ਨੇ RK ਮਾਥੁਰ ਨੇ, ਔਰ ਜੰਮੂ ਕਸ਼ਮੀਰ ਦੇ ਜਿਹੜੇ LG ਨੇ ਉਹ ਹੈਗੇ ਨੇ ਗਿਰੀਸ਼ ਚੰਦਰ ਮੁਰਮੂ। ਠੀਕ ਹੈ, ਸੋ ਦੋਵਾਂ ਦਾ ਨਾਮ ਤੁਸੀਂ ਯਾਦ ਰੱਖਣਾ। ਪ੍ਰੈਜ਼ੀਡੈਂਟ ਆਫ ਫੀਫਾ, ਫੀਫਾ ਦੇ ਕਰੰਟ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਹੈਗੇ ਨੇ ਜ਼ੈਨੀ ਇਨਫੈਂਟੀਨੋ, ਇਹਨਾਂ ਦਾ ਵੀ ਨਾਮ ਤੁਸੀਂ ਯਾਦ ਰੱਖਣਾ ਆ, ਇਹ ਵੀ ਆ ਸਕਦਾ ਹੈ ਕਰੰਟ ਨਿਊਜ਼ ਦੇ ਵਿੱਚ। ਠੀਕ ਹੈ, ਜ਼ੈਨੀ ਇਨਫੈਂਟੀਨੋ। ਦੈਨ ਉਸ ਤੋਂ ਬਾਅਦ ਸੈਕਰੇਟਰੀ ਜਨਰਲ UN ਦੇ ਹੈਗੇ ਨੇ ਐਂਟੋਨੀਓ ਗੁਟਰਸ, ਇਹ ਵੀ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ, ਸੈਕਰੇਟਰੀ ਜਨਰਲ ਆਫ UN ਐਂਟੋਨੀਓ ਗੁਟਰਸ। ਦੈਨ ਇਸਰੋ ਡਾਇਰੈਕਟਰ, ਕਰੰਟ ਇਸਰੋ ਡਾਇਰੈਕਟਰ KSIVAN ਨੇ, ਤੁਹਾਨੂੰ ਪਤਾ ਹੀ ਹੈ ਹੁਣੇ ਰੀਸੈਂਟਲੀ ਹੈ ਨਾ ਕਾਫੀ ਡਿਵੈਲਪਮੈਂਟਸ ਹੋ ਰਹੀਆਂ ਨੇ ਇਸਰੋ ਦੇ ਵਿੱਚ ਵੀ ਡੇ ਬਾਏ ਡੇ, ਸੋ ਇਹ ਵੀ ਆ ਸਕਦਾ ਹੈ ਕੁਐਸਚਨ। ਹੈੱਡਕੁਆਰਟਰ ਇਸਰੋ ਦਾ ਬੈਂਗਲੋਰ ਦੇ ਵਿੱਚ ਹੈ, ਇਸਟੈਬਲਿਸ਼ਮੈਂਟ ਇਹਦੀ ਹੋਈ ਸੀ 1969 ਦੇ ਵਿੱਚ। ਦੈਨ ਅਗੇਨ ਰੀਸੈਂਟਲੀ ਗਵਰਨਰਸ ਅਪੁਆਇੰਟ ਕੀਤੇ ਗਏ ਹੈ ਪ੍ਰੈਜ਼ੀਡੈਂਟ ਰਾਮਨਾਥ ਕੋਵਿੰਦ ਦੁਆਰਾ, ਅਤੇ ਇਹ ਸਾਰੇ ਦੇ ਸਾਰੇ ਗਵਰਨਰਸ ਦਾ ਨਾਮ ਤੁਸੀਂ ਯਾਦ ਰੱਖਣਾ। ਔਰ ਇਹ 'ਚੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਭਗਤ ਸਿੰਘ ਕੋਸ਼ਿਆਰੀ, ਬਿਕੋਜ਼ ਤੁਹਾਨੂੰ ਪਤਾ ਹੈ ਮਹਾਰਾਸ਼ਟਰਾ ਦੇ ਵਿੱਚ ਰੀਸੈਂਟਲੀ ਜੋ ਵੀ ਕ੍ਰਾਈਸਿਸ ਹੋਇਆ, ਹੰਗਾਮਾ ਹੋਇਆ ਹੈ ਨਾ, ਉਹਦੇ ਤਹਿਤ ਇਹਨਾਂ ਦਾ ਨਾਮ ਥੋੜ੍ਹਾ ਜਿਹਾ ਜ਼ਿਆਦਾ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ। ਭਗਤ ਸਿੰਘ ਕੋਸ਼ਿਆਰੀ ਮਹਾਰਾਸ਼ਟਰਾ ਦੇ ਗਵਰਨਰ ਅਪੁਆਇੰਟ ਹੋਇਆ ਹੈ। ਕਾਲਰਾਜ ਮਿਸ਼ਰਾ ਜਿਹੜੇ ਆ ਰਾਜਸਥਾਨ 'ਚ ਅਪੁਆਇੰਟ ਕੀਤੇ ਗਏ ਨੇ ਗਵਰਨਰ। ਬੰਦਾਰੂ ਦੱਤਰਿਆ ਜਿਹੜੇ ਹਿਮਾਚਲ ਪ੍ਰਦੇਸ਼ ਦੇ ਵਿੱਚ। ਦੈਨ ਡਾਕਟਰ ਤਮਿਲ ਸਾਈ ਸੁੰਦਰ ਰਾਜਨ ਜਿਹੜੇ ਆ ਤੇਲੰਗਾਨਾ ਦੇ ਗਵਰਨਰ ਅਪੁਆਇੰਟ ਕੀਤਾ ਗਿਆ, ਐਂਡ ਆਰਿਫ ਮੁਹੰਮਦ ਖਾਨ ਨੂੰ ਕੇਰਲਾ ਦਾ ਗਵਰਨਰ ਅਪੁਆਇੰਟ ਕੀਤਾ ਗਿਆ। ਦੈਨ ਪੰਜਾਬ ਹਰਿਆਣਾ ਹਾਈਕੋਰਟ ਦੇ ਜਿਹੜੇ ਕਰੰਟ ਚੀਫ ਜਸਟਿਸ ਹੈ ਕ੍ਰਿਸ਼ਨ ਮੁਰਾਰੀ ਨੇ, ਇਹ ਵੀ ਤੁਸੀਂ ਇੰਪੋਰਟੈਂਟ ਹੈ ਯਾਦ ਰੱਖਣਾ ਆ। ਦੈਨ ਇਸ ਦੇ ਇਲਾਵਾ ਜਿਹੜੀਆਂ ਸੁਪਰੀਮ ਕੋਰਟ ਦੀ ਜਿਹੜੀ ਜੁਡੀਸ਼ੀਅਲ ਸਟਰੈਂਥ ਹੈ ਉਹਨੂੰ ਵੀ ਇਨਕਰੀਜ਼ ਕੀਤਾ ਗਿਆ। ਪਹਿਲਾਂ 31 ਸੀਗਾ, ਹੁਣ 34 ਸਟਰੈਂਥ ਹੈ, ਔਰ ਇਹ ਸਟਰੈਂਥ ਇਨਕਰੀਜ਼ ਕੀਤੀ ਗਈ ਹੈ ਬਾਈ ਸੁਪਰੀਮ ਕੋਰਟ ਨੰਬਰ ਆਫ ਜੱਜਿਸ ਬਿੱਲ ਆਫ 2019। ਦੈਨ ਉਸ ਤੋਂ ਬਾਅਦ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆਫ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਰੀਸੈਂਟਲੀ ਅਪੁਆਇੰਟ ਕੀਤਾ ਗਿਆ ਰੋਬਰਟ ਓ ਬ੍ਰੀਨ ਨੂੰ, NSA ਆਫ USA। ਠੀਕ ਹੈ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆਫ USA ਰੋਬਰਟ ਓ ਬ੍ਰੀਨ, ਜਿਵੇਂ ਇੰਡੀਆ ਦੇ ਅਜੀਤ ਦੋਵਲ ਨੇ, ਹੈ ਨਾ, ਸੋ USA ਦੇ ਜਿਹੜੇ ਰੋਬਰਟ ਓ ਬ੍ਰੀਨ। ਦੈਨ ਉਸ ਤੋਂ ਬਾਅਦ ਰੀਸੈਂਟਲੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਕੌਨਫਰ ਕੀਤਾ ਗਿਆ ਪ੍ਰੈਸਟੀਜੀਅਸ ਗਲੋਬਲ ਗੋਲਕੀਪਰ ਅਵਾਰਡ ਦੇ ਨਾਲ ਬਾਈ ਬਿਲ ਐਂਡ ਮਿਲਿੰਡਾ ਗੇਟਸ ਫਾਊਂਡੇਸ਼ਨ, ਕਾਹਦੇ ਵਾਸਤੇ? ਜੋ ਵੀ ਇਹਨਾਂ ਦਾ ਕੰਟਰੀਬਿਊਸ਼ਨ ਹੈ ਸਵੱਛ ਭਾਰਤ ਅਭਿਆਨ ਲਈ, ਉਹਦੇ ਤਹਿਤ। ਠੀਕ ਹੈ, ਸੋ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਅਗੇਨ। ਦੈਨ RK ਮਾਥੁਰ ਔਰ ਰਾਧਾ ਕ੍ਰਿਸ਼ਨ ਮਾਥੁਰ ਨੂੰ LG ਅਪੁਆਇੰਟ ਕੀਤਾ ਗਿਆ ਲੱਦਾਖ ਦਾ।
ਦੈਨ ਉਸ ਤੋਂ ਬਾਅਦ ਇੰਡੀਅਨ ਕ੍ਰਿਕਟਰ ਵੂਮੈਨ ਕ੍ਰਿਕਟਰ ਜਿਹੜੀ ਮਿਥਾਲੀ ਰਾਜ ਨੇ ਉਹਨਾਂ ਨੂੰ ਮਤਲਬ 20 ਈਅਰਸ ਉਹਨਾਂ ਨੇ ਆਪਣਾ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ ਸਪੈਂਡ ਕਰ ਚੁੱਕੇ ਨੇ ਔਰ ਉਹ ਫਸਟ ਐਵਰ ਵੂਮੈਨ ਕ੍ਰਿਕਟਰ ਬਣੇ ਨੇ ਟੂ ਅਚੀਵ ਦਿਸ ਮਾਈਲਸਟੋਨ। ਇਸ ਤੋਂ ਬਾਅਦ ਇੱਕ ਸਕੀਮ ਜਿਹੜੀ ਹੈ ਉਹ ਯੂਨੀਅਨ ਫੈਮਿਲੀ ਐਂਡ ਵੈਲਫੇਅਰ ਹੈਲਥ ਐਂਡ ਫੈਮਿਲੀ ਵੈਲਫੇਅਰ ਮਿਨਿਸਟਰ ਹਰਸ਼ ਵਰਧਨ ਨੇ ਲਾਂਚ ਕੀਤੀ ਹੈ। ਸੁਮਨ ਸਕੀਮ ਮੀਨਸ ਸੁਰੱਖਿਅਤ ਮੈਤ੍ਰਿਤਵ ਆਸ਼ਵਾਸਨ ਸਕੀਮ, ਔਰ ਇਸ ਦੇ ਤਹਿਤ ਜਿਹੜੀ ਪ੍ਰੈਗਨੈਂਟ ਵੂਮੈਨ ਹੋਣਗੀਆਂ ਉਹਨਾਂ ਨੂੰ ਫ੍ਰੀ ਆਫ ਕੋਸਟ ਮੈਡੀਸਿਨ ਪ੍ਰੋਵਾਈਡ ਕੀਤੀ ਜਾਏਗੀ। ਔਰ ਇਸ ਸਕੀਮ ਦਾ ਮੇਨ ਓਬਜੈਕਟਿਵ ਹੈਗਾ ਹੈ ਕਿ ਜਿਹੜਾ ਮੈਟਰਨਲ ਮੋਰਟੈਲਿਟੀ ਰੇਟ ਹੈ ਜਾਂ ਇਨਫੈਂਟ ਮੋਰਟੈਲਿਟੀ ਰੇਟ ਹੈ ਉਸ ਨੂੰ ਘਟਾਇਆ ਜਾ ਸਕੇ। ਠੀਕ ਹੈ, ਦੈਨ ਉਸ ਤੋਂ ਬਾਅਦ ਪੰਜਾਬ ਸਟੇਟ ਗੌਰਮੈਂਟ ਨੇ ਅਗੇਨ ਸੈਕਸ਼ਨ 27 ਜਿਹੜਾ ਪੰਜਾਬ ਲੈਂਡ ਰਿਫੋਰਮ ਐਕਟ ਦਾ 1972 ਦਾ ਉਹਨੂੰ ਅਮੈਂਡ ਕੀਤਾ ਹੈ। ਤੁਸੀਂ ਖਰਾਬੇ ਬਾਰੇ ਸੁਣਿਆ ਹੋਏਗਾ ਕਿ ਜਦੋਂ ਮੀਨਸ ਮੀਂਹ ਵਗੈਰਾ ਪੈ ਜਾਂਦਾ ਜਾਂ ਬਾੜ ਵਗੈਰਾ ਆ ਜਾਂਦਾ, ਠੀਕ ਹੈ, ਫਲੱਡ ਵਗੈਰਾ ਆ ਜਾਂਦਾ, ਤਾਂ ਜਿਹੜੀਆਂ ਜ਼ਮੀਨਾਂ ਆ ਉਹ ਖਰਾਬ ਹੋ ਜਾਂਦੀਆਂ, ਫਸਲਾਂ ਖਰਾਬ ਹੋ ਜਾਂਦੀਆਂ ਨੇ। ਸੋ 100% ਖਰਾਬੀ ਦੇ ਉੱਤੇ ਜਿਹੜਾ ਹੈ ਪਹਿਲਾਂ 8,000 ਰੁਪਇਆ ਮਿਲਦਾ ਸੀ ਇੱਕ ਕਿੱਲੇ ਦਾ, ਹੁਣ ਉਹਨੂੰ ਐਨਹਾਂਸ ਕਰਕੇ 12,000 ਰੁਪਇਆ ਜਿਹੜਾ ਇੱਕ ਕਿੱਲੇ ਦਾ ਸਰਕਾਰ ਦੇਵੇਗੀ ਇਨ ਕੇਸ ਖਰਾਬਾ ਹੁੰਦਾ ਆ। ਠੀਕ ਹੈ, ਦੈਨ ਉਸ ਤੋਂ ਬਾਅਦ ਇਸਰੋ ਦੁਆਰਾ ਇੱਕ ਪ੍ਰੋਗਰਾਮ ਜਿਹੜਾ ਲਾਂਚ ਕੀਤਾ ਗਿਆ ਪ੍ਰਧਾਨ ਮੰਤਰੀ ਇਨੋਵੇਟਿਵ ਲਰਨਿੰਗ ਪ੍ਰੋਗਰਾਮ ਧਰੁਵ, ਇੱਕ 14-day ਲਰਨਿੰਗ ਪ੍ਰੋਗਰਾਮ ਹੋਏਗਾ ਜਿਹਦੇ ਵਿੱਚ ਜਿਹੜੇ ਬੱਚੇ ਹੋਣਗੇ ਉਹਨਾਂ ਨੂੰ ਆਪਣਾ ਟੈਲੈਂਟ ਐਕਸਪਲੋਰ ਕਰਨ ਦਾ ਮੌਕਾ ਦਿੱਤਾ ਜਾਏਗਾ ਔਰ ਹਰ ਇੱਕ ਬੱਚੇ ਨੂੰ ਜਿਹੜਾ ਧਰੁਵ ਤਾਰਾ ਕਿਹਾ ਜਾਏਗਾ, ਠੀਕ ਹੈ, ਜਿਹੜਾ ਪੋਲ ਸਟਾਰ ਹੈ ਉਹਦੇ ਨਾਮ ਦੇ ਉੱਤੇ। ਦੈਨ ਉਸ ਤੋਂ ਬਾਅਦ ਇੱਕ ਜਿਹੜਾ ਕੰਟਰੀ ਦਾ ਹਾਈਐਸਟ ਬ੍ਰਿਜ ਹੈ ਉਹ ਇਨੋਗਰੇਟ ਕੀਤਾ ਗਿਆ ਲੱਦਾਖ ਦੇ ਵਿੱਚ, ਔਰ ਇਹਦਾ ਨਾਮ ਜਿਹੜਾ ਆ ਉਹ ਰੱਖਿਆ ਗਿਆ ਕਰਨਲ ਚੁਆਂਗ ਰਿੰਚਨ ਦੇ ਨਾਮ ਦੇ ਉੱਤੇ, ਜਿਨ੍ਹਾਂ ਨੂੰ ਲਾਇਨ ਆਫ ਲੱਦਾਖ ਵੀ ਕਿਹਾ ਜਾਂਦਾ ਹੈ। 14,660 ਫੁੱਟ ਹਾਈਟ ਇਹਦੀ ਹੋਏਗੀ ਅਕ੍ਰੋਸ ਦੀ ਸ਼ੌਕ ਰਿਵਰ ਐਂਡ ਇਟ ਇਜ਼ ਲੋਕੇਟਿਡ ਐਟ 45 ਕਿਲੋਮੀਟਰ ਫਰੋਮ ਇੰਡੀਆਸ ਬਾਰਡਰ ਫਰੋਮ ਚਾਈਨਾ। ਠੀਕ ਹੈ, ਔਰ ਅੱਧੇ ਘੰਟੇ ਦਾ ਇਹਦਾ ਮਤਲਬ ਟਰੈਵਲ ਟਾਈਮ ਜਿਹੜਾ ਰਿਡਿਊਸ ਹੋਏਗਾ ਇਹਦੇ ਨਾਲ। ਦੈਨ ਉਸ ਤੋਂ ਬਾਅਦ ਇੱਕ ਇਹਦੇ ਵਿੱਚ ਬਸ ਤੁਸੀਂ ਇਹੀ ਯਾਦ ਰੱਖਣਾ ਹੈ ਇਸ ਸਕੀਮ ਦਾ ਨਾਮ ਕਿ ਉਸ ਰੀਸੈਂਟਲੀ ਲਾਂਚ ਕੀਤੀ ਗਈ ਹੈ ਮੁੱਖ ਮੰਤਰੀ ਕੰਨਿਆ ਸੁਮੰਗਲਾ ਯੋਜਨਾ, ਸੋ ਇਹ ਯੂਪੀ ਗੌਰਮੈਂਟ ਨੇ ਲਾਂਚ ਕੀਤੀ ਹੈ, ਬਸ ਇੰਨਾ ਹੀ ਤੁਸੀਂ ਯਾਦ ਰੱਖਣਾ ਹੈ। ਠੀਕ ਹੈ, ਦੈਨ ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈਗਾ ਗੋਲ, ਗੋਲ ਕੀ ਹੈ, ਗੋਇੰਗ ਔਨਲਾਈਨ ਐਜ਼ ਲੀਡਰਸ, ਇਹ ਪ੍ਰੋਗਰਾਮ ਜਿਹੜਾ ਫੇਸਬੁੱਕ ਨੇ ਲਾਂਚ ਕੀਤਾ ਹੈ ਇਹ ਮੇਨਲੀ ਲਾਂਚ ਕੀਤਾ ਹੈ ਇੰਡੀਆ ਦੇ ਵਿੱਚ ਤਾਂ ਕਿ ਇੰਡੀਆ ਦੇ ਵਿੱਚ ਜਿਹੜੇ ਟ੍ਰਾਈਬਲ ਪਾਪੂਲੇਸ਼ਨ ਨੇ ਉਹਨਾਂ ਦੇ ਵਿੱਚੋਂ ਜਿਹੜੀਆਂ ਵੂਮੈਨ ਨੇ ਉਹ ਆ ਕੇ ਡਿਜੀਟਲ ਲੀਡਰਸ ਬਣਨ, ਮਤਲਬ ਜਿਨ੍ਹਾਂ ਨੂੰ ਥੋੜ੍ਹੀ ਬਹੁਤ ਨੌਲੇਜ ਹੈ ਇਸ ਚੀਜ਼ ਦੇ ਬਾਰੇ ਔਨਲਾਈਨ, ਹੈ ਨਾ, ਚੀਜ਼ਾਂ ਦੇ ਬਾਰੇ, ਅਤੇ ਉਹ ਮਤਲਬ ਲੀਡ ਕਰਨ। ਔਰ ਇਹਦੇ ਵਾਸਤੇ ਦੋ ਕਿ ਇਹਨਾਂ ਨੇ ਉਹ ਰੱਖੀਆਂ ਹੋਈਆਂ ਨੇ ਕੰਡੀਸ਼ਨਸ ਕਿ ਇੱਕ ਜਿਹੜੀ ਗਰਲ ਹੈ ਉਹ 18+ ਹੋਣੀ ਚਾਹੀਦੀ ਹੈ ਪਲੱਸ ਉਹ ਟ੍ਰਾਈਬਲ ਓਰੀਜਨ ਦੀ ਹੋਣੀ ਚਾਹੀਦੀ ਹੈ। ਸੋ ਇਹ ਲਾਂਚ ਕਿੰਨੇ ਪ੍ਰੋਗਰਾਮ ਕੀਤਾ ਇਹ ਜ਼ਿਆਦਾ ਇੰਪੋਰਟੈਂਟ ਹੈ ਯਾਦ ਰੱਖਣਾ ਫੇਸਬੁੱਕ ਨੇ। ਠੀਕ ਹੈ, ਦੈਨ ਉਸ ਤੋਂ ਬਾਅਦ ਰੀਸੈਂਟਲੀ ਜਿਹੜੀ G20 ਸਮਿਟ ਹੋਈ ਹੈ, G20 ਦੇ ਵਿੱਚ ਬੇਸਿਕਲੀ ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਫਾਈਨਾਂਸ ਮਿਨਿਸਟਰਸ ਅਤੇ ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਸੈਂਟਰਲ ਬੈਂਕ ਜਿਵੇਂ ਇੰਡੀਆ ਦਾ ਸੈਂਟਰਲ ਬੈਂਕ RBI ਹੈ ਉਹਨਾਂ ਦੇ ਗਵਰਨਰਸ ਪਾਰਟੀਸੀਪੇਟ ਕਰਦੇ ਨੇ ਮੇਨਲੀ ਜੋ ਵੀ ਗਲੋਬਲ ਇਕੋਨਮੀ ਨੂੰ ਜੋ ਵੀ ਚੈਲੇਂਜਸ ਵਗੈਰਾ ਹੁੰਦੇ ਨੇ ਉਹਨਾਂ ਨੂੰ ਕਿਵੇਂ ਟੈਕਲ ਕੀਤਾ ਜਾ ਸਕੇ, ਸੋ ਇਹਨਾਂ ਚੀਜ਼ਾਂ ਦੇ ਨਾਲ ਰਿਲੇਟਡ ਇਹ ਸਮਿਟ ਹੁੰਦੀ ਹੈ। ਸੋ ਇਹ ਸਮਿਟ ਰੀਸੈਂਟਲੀ ਵਾਸ਼ਿੰਗਟਨ DC ਦੇ ਵਿੱਚ ਹੋਈ ਸੀਗੀ। ਦੈਨ ਉਸ ਤੋਂ ਬਾਅਦ ਰੀਸੈਂਟਲੀ ਏਅਰ ਕੁਆਲਿਟੀ ਫਿਗਰਸ ਆਈਆਂ ਨੇ ਬਾਹਰ ਔਰ ਇਹਦੇ ਵਿੱਚ ਪਤਾ ਲੱਗਾ ਕਿ ਜਿਹੜਾ ਗਾਜ਼ੀਆਬਾਦ ਦਾ ਇੱਕ ਟਾਊਨ ਹੈ ਲੂਨੀ, ਠੀਕ ਹੈ, ਸੋਰੀ ਲੂਨੀ ਨਹੀਂ, ਲੂਨੀ ਰੂਰਲ ਟਾਊਨ ਹੈ, ਇਹ ਸਭ ਤੋਂ ਪਲਿਊਟਿਡ ਟਾਊਨ ਹੈ ਕੰਟਰੀ ਦੇ ਵਿੱਚ, ਮਤਲਬ 108 ਮੋਸਟ ਪਲਿਊਟਿਡ ਸਿਟੀਜ਼ ਦੇ ਵਿੱਚੋਂ ਇਹਨੇ ਟੌਪ ਕੀਤਾ ਆ ਐਜ਼ ਪਰ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਏਅਰ ਕੁਆਲਿਟੀ ਇੰਡੈਕਸ ਫਿਗਰ। ਸੋ ਇਹ ਕਾਫੀ ਇੰਪੋਰਟੈਂਟ ਨਿਊਜ਼ ਹੈ। ਦੈਨ ਉਸ ਤੋਂ ਬਾਅਦ ਇੱਕ ਰੋਡ ਜਾਂਦੀ ਜਿਹੜੀ ਕਪੂਰਥਲੇ ਤੋਂ ਲੈ ਕੇ ਤਰਨ ਤਾਰਨ ਤੱਕ ਖਤਮ ਹੁੰਦੀ ਹੈ, ਵਿੱਚੋਂ ਗੋਇੰਦਵਾਲ ਨੂੰ ਵੀ ਕਨੈਕਟ ਕਰਦੀ ਹੈ ਔਰ ਆ ਕੇ ਤਰਨ ਤਾਰਨ 'ਤੇ ਨੈਸ਼ਨਲ ਹਾਈਵੇ 703AA ਤੱਕ ਟਰਮੀਨੇਟ ਹੁੰਦੀ ਹੈ, ਖਤਮ ਹੁੰਦੀ ਹੈ। ਸੋ ਉਸ ਰੋਡ ਦਾ ਨਾਮ ਜਿਹੜਾ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉੱਤੇ ਰੱਖਿਆ ਗਿਆ, ਸ਼੍ਰੀ ਗੁਰੂ ਨਾਨਕ ਦੇਵ ਜੀ ਮਾਰਗ ਰੱਖਿਆ ਗਿਆ ਆ। ਸੋ ਇਹ ਵੀ ਰੀਸੈਂਟਲੀ ਜਿਹੜਾ ਪ੍ਰਕਾਸ਼ ਪੁਰਬ ਹੋਇਆ ਗੁਰੂ ਨਾਨਕ ਦੇਵ ਜੀ ਦਾ ਉਹਦੇ ਉੱਤੇ ਹੀ ਇਹ ਕੰਮ ਜਿਹੜਾ ਕੀਤਾ ਗਿਆ। ਦੈਨ ਉਸ ਤੋਂ ਬਾਅਦ ਸ਼੍ਰੀ ਲੰਕਾ ਜਿਹੜਾ ਇਹਨੂੰ ਰਿਮੂਵ ਕੀਤਾ ਗਿਆ ਰੀਸੈਂਟਲੀ ਗ੍ਰੇ ਲਿਸਟ ਤੋਂ ਔਫ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ। ਬੱਚੇ ਜਿਹੜੀ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਹੈ ਨਾ ਇਹ ਬੇਸਿਕਲੀ ਮਤਲਬ ਇੱਕ G7 ਕੰਟਰੀ ਸੀਗੀਆਂ, ਗਰੁੱਪ ਆਫ 7 ਕੰਟਰੀਜ਼, ਇਹ ਸਮਿਟ ਹੋਈ ਸੀ ਪੈਰਿਸ ਦੇ ਵਿੱਚ 1989 ਦੇ ਵਿੱਚ, ਉਦੋਂ ਇਹ
ਜਿਹੜੀ FATF ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਹੈ ਇਹਨੂੰ ਇਸਟੈਬਲਿਸ਼ ਕੀਤਾ ਗਿਆ ਸੀ, ਜਿਵੇਂ ਕਿ ਮਨੀ ਲਾਂਡਰਿੰਗ ਵਰਗੀਆਂ ਜਾਂ ਹਿਊਮਨ ਟ੍ਰੈਫਿਕਿੰਗ ਜਾਂ ਟੈਰਰ ਫੰਡਿੰਗ ਵਰਗੀਆਂ ਪ੍ਰੋਬਲਮਸ ਨੂੰ ਟੈਕਲ ਕਰਨ ਵਾਸਤੇ। ਔਰ ਇਹਦੇ ਵਿੱਚ ਮੇਨਲੀ ਦੋ ਤਰ੍ਹਾਂ ਦੀ ਲਿਸਟ ਹੁੰਦੀ ਹੈ, ਇੱਕ ਹੁੰਦੀ ਹੈ ਬਲੈਕ ਲਿਸਟ, ਇੱਕ ਹੁੰਦੀ ਹੈ ਗ੍ਰੇ ਲਿਸਟ। ਠੀਕ ਹੈ, ਅਤੇ ਬਲੈਕ ਲਿਸਟ ਦੇ ਵਿੱਚ ਉਹ ਕੰਟਰੀਜ਼ ਆਉਂਦੀਆਂ ਨੇ ਜਿਹੜੀਆਂ ਸਿੱਧਾ ਸਿੱਧਾ ਮਤਲਬ ਟੈਰਰ ਫੰਡਿੰਗ ਨੂੰ ਜਾਂ ਮਨੀ ਲਾਂਡਰਿੰਗ ਐਕਟੀਵਿਟੀਜ਼ ਨੂੰ ਸਪੋਰਟ ਕਰਦੀਆਂ ਨੇ, ਜਦਕਿ ਗ੍ਰੇ ਲਿਸਟ ਦੇ ਵਿੱਚ ਉਹ ਕੰਟਰੀਜ਼ ਆਉਂਦੀਆਂ ਨੇ ਜਿਨ੍ਹਾਂ ਨੂੰ ਇੱਕ ਤਰ੍ਹਾਂ ਦੀ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਤੁਹਾਨੂੰ ਬਲੈਕ ਲਿਸਟ ਦੇ ਵਿੱਚ ਪਾ ਦਿੱਤਾ ਜਾਏਗਾ, ਜਿਵੇਂ ਕਿ ਪਾਕਿਸਤਾਨ ਹੋ ਗਿਆ। ਠੀਕ ਹੈ, ਪਾਕਿਸਤਾਨ ਨੂੰ ਪਹਿਲਾਂ ਵੀ ਗ੍ਰੇ ਲਿਸਟ ਦੇ ਵਿੱਚ ਰਿਹਾ ਹੈ, ਬਟ 2015 ਕਿ 13 ਦੇ ਵਿੱਚ ਇਹਨੂੰ ਬਾਅਦ 'ਚ ਕੱਢ ਦਿੱਤਾ ਸੀ, ਬਟ 2018 ਦੇ ਵਿੱਚ ਰੀਸੈਂਟਲੀ ਇਹਨੂੰ ਫਿਰ ਐਡ ਕੀਤਾ ਗਿਆ। ਬਿਕੋਜ਼ ਜਦੋਂ ਕੋਈ ਕੰਟਰੀ ਗ੍ਰੇ ਲਿਸਟ ਦੇ ਵਿੱਚ ਆ ਜਾਂਦੀ ਹੈ ਤਾਂ ਉਹਨੂੰ ਇਕਨੋਮਿਕ ਸੈਂਕਸ਼ਨਸ ਫੇਸ ਕਰਨੀਆਂ ਪੈਂਦੀਆਂ। ਸੈਂਕਸ਼ਨਸ ਮੀਨ ਇਨ ਦ ਸੈਂਸ ਕਿ ਜਿਵੇਂ ਜੋ ਵੀ ਇਕਨੋਮਿਕ ਆਰਗਨਾਈਜੇਸ਼ਨਸ ਹੁੰਦੀਆਂ, ਜਿਵੇਂ IMF ਹੋ ਗਿਆ, ਵਰਲਡ ਬੈਂਕ ਹੋ ਗਿਆ, ADB ਹੋ ਗਿਆ, ਅਤੇ ਇਹ ਜਿਹੜੀਆਂ ਆਰਗਨਾਈਜੇਸ਼ਨਸ ਨੇ ਫਿਰ ਉਹ ਕੰਟਰੀ ਨੂੰ ਲੋਨ ਵਗੈਰਾ ਨਹੀਂ ਦਿੰਦੀਆਂ। ਔਰ ਇੰਟਰਨੈਸ਼ਨਲੀ ਵੀ ਇਹਨਾਂ ਕੰਟਰੀਜ਼ ਦਾ ਬਾਈਕਾਟ ਕਰ ਦਿੱਤਾ ਜਾਂਦਾ। ਆਪਣਾ ਇੰਡੀਆ ਹੋ ਗਿਆ, USA ਹੋ ਗਿਆ, UK ਹੋ ਗਿਆ, ਇਹ ਕੰਟਰੀਜ਼ ਕਹਿ ਰਹੀਆਂ ਕਿ ਪਾਕਿਸਤਾਨ ਨੂੰ ਜਿਹੜਾ ਬਲੈਕ ਲਿਸਟ ਦੇ ਵਿੱਚ ਪਾ ਦੇਣਾ ਚਾਹੀਦਾ ਹੈ, ਇਹਨਾਂ ਦੀ ਡਿਮਾਂਡ ਹੈ। ਬਟ ਚਾਈਨਾ, ਟਰਕੀ ਵਰਗੀ ਕੰਟਰੀਜ਼ ਜਿਹੜੀਆਂ ਉਸ ਚੀਜ਼ ਨੂੰ ਅਪੋਜ਼ ਕਰ ਰਹੀ ਹੈ। ਸੋ ਰੀਸੈਂਟਲੀ ਸ਼੍ਰੀਲੰਕਾ ਨੂੰ ਕੁਛ ਇਹਦੇ ਐਂਟੀ ਮਨੀ ਲਾਂਡਰਿੰਗ ਜਿਹੜੇ ਇਹਨਾਂ ਨੇ ਮਤਲਬ ਐਫਰਟਸ ਕੀਤੇ ਨੇ, ਉਸ ਲਈ ਇਹਨਾਂ ਨੂੰ ਸ਼੍ਰੀਲੰਕਾ ਨੂੰ ਬਾਹਰ ਕੱਢ ਦਿੱਤਾ ਗਿਆ ਗ੍ਰੇ ਲਿਸਟ ਦੇ ਵਿੱਚੋਂ। ਦੈਨ ਉਸ ਤੋਂ ਬਾਅਦ ਰੀਸੈਂਟਲੀ ਕੇਰਲਾ ਐਂਡ ਚੰਡੀਗੜ੍ਹ ਇਮਰਜ ਐਜ਼ ਦੀ ਟੋਪ ਪਰਫੋਰਮੈਂਸ ਇਨ ਕੇਰਲਾ ਤਾਂ ਤੁਹਾਨੂੰ ਪਤਾ ਹਮੇਸ਼ਾ ਹੀ ਫਸਟ ਆਉਂਦਾ ਅਗਰ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ, ਔਰ ਉਹਦੇ ਨਾਲ ਨਾਲ ਚੰਡੀਗੜ੍ਹ ਵੀ ਜਿਹੜਾ ਐਜ਼ ਅ ਟੋਪ ਪਰਫੋਰਮਰ ਨਿਕਲਿਆ ਫਰੋਮ ਦਾ ਸਕੂਲ ਐਜੂਕੇਸ਼ਨ ਕੁਆਲਿਟੀ ਇੰਡੈਕਸ ਆਫ ਆਲ ਸਟੇਟਸ ਐਂਡ UTs ਐਜ਼ ਪਰ ਨੀਤੀ ਆਯੋਗ। ਦੈਨ ਉਸ ਤੋਂ ਬਾਅਦ ਗਲੋਬਲ ਹੰਗਰ ਇੰਡੈਕਸ ਜਿਹੜਾ ਲਾਂਚ ਕੀਤਾ ਜਾਂਦਾ ਹੈ ਬਾਈ ਕੰਸਰਨ ਵਰਲਡ ਵਾਈਡ ਐਂਡ ਵੈਲਥ ਹੰਗਰ ਹਾਈਫ, ਸੋ ਉਹਦੇ ਅਕੋਰਡਿੰਗਲੀ ਇੰਡੀਆ ਦਾ ਜਿਹੜਾ ਰੈਂਕ ਹੈ ਬਹੁਤ ਹੀ ਮਤਲਬ ਚਿੰਤਾਜਨਕ ਰੈਂਕ ਹੈ, 102nd ਰੈਂਕ ਆਇਆ। ਔਰ ਕਿੰਨੀਆਂ ਕੰਟਰੀਜ਼ ਦੇ ਵਿੱਚੋਂ? 117 ਕੰਟਰੀਜ਼ ਦੇ ਵਿੱਚੋਂ। ਆਪਾਂ ਰਿਲੀਜਨ 'ਚੋਂ ਹੀ ਬਾਹਰ ਨਹੀਂ ਆ ਰਹੇ, ਅਤੇ ਮਤਲਬ ਇਹ ਬੇਸਿਕ ਚੀਜ਼ਾਂ ਨੇ ਜਿਹੜੀਆਂ ਕਿ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀ ਉਦੋਂ ਇਹ ਚੀਜ਼ਾਂ 'ਤੇ ਵਰਕ ਕਰ ਦੇਣਾ ਚਾਹੀਦਾ ਸੀ ਨਾਲ ਦੇ ਨਾਲ ਹੀ। ਬਟ ਅੱਜ ਵੀ ਤੁਸੀਂ ਦੇਖੋ ਕਿ ਹੰਗਰ ਤਾਂ ਇੱਕ ਬੰਦੇ ਦੀ ਬੇਸਿਕ ਨੈਸੈਸਿਟੀ ਆ, ਔਰ ਉਹ ਉਸੇ ਚੀਜ਼ ਦੇ ਉੱਤੇ ਮਤਲਬ ਇੰਡੀਆ ਕਿੰਨਾ ਜ਼ਿਆਦਾ ਰੈਂਕ ਇਹਦਾ ਲੋ ਹੈ। ਔਰ ਜਿੰਨੀਆਂ ਵੀ ਸਾਊਥ ਏਸ਼ੀਅਨ ਕੰਟਰੀਜ਼ ਦੇ ਨੇ ਉਹਦੇ ਵਿੱਚੋਂ ਵੀ ਇਹਦਾ ਰੈਂਕ ਜਿਹੜਾ ਆ ਉਹ ਵੀ ਲੋ ਆ, ਔਰ ਉਹਦੇ ਨਾਲ ਜਿਹੜੀਆਂ ਬ੍ਰਿਕਸ ਕੰਟਰੀਜ਼ ਨੇ ਉਹਦੇ ਵਿੱਚੋਂ ਵੀ ਮਤਲਬ ਇੰਨਾ ਘੱਟ ਹੈ। ਸੋ ਬਹੁਤ ਹੀ ਚਿੰਤਾਜਨਕ ਰੈਂਕ ਹੈ ਜਿਹੜਾ ਗਲੋਬਲ ਹੰਗਰ ਇੰਡੈਕਸ ਦੇ ਵਿੱਚ ਇੰਡੀਆ ਦਾ ਆਇਆ, 102nd ਰੈਂਕ। ਸੋ ਇਹ ਵੀ ਬਹੁਤ ਇੰਪੋਰਟੈਂਟ ਹੈ ਇਸ ਲਈ, ਸੋ ਇਹਨੂੰ ਤੁਸੀਂ ਯਾਦ ਰੱਖਣਾ ਆ। So that's all from my side. All the best. Thank you very much.